स्वागत करते हैं जी एक बार फिर आप सब दा अज दे इस रिलीजियस सैगमेंट में। मेरे नाल साथ देंगे भाई सुखदेव सिंह जी जिहड़े साढ़े मेहमान हैं खालसा दीवान सोसायटी एबिसवर्ड तो। अज का विषय जिस दे बारे असीं इन्हां नाल चर्चा करांगे वह है कि सिखिज़म विच कर्म फिलोसफी की है। कर्मां दे अधीन ही कहा जाता है कि असीं अपने जीवन में जो है जो इस समय सानूं इह मनुखा दे मिली है ये साढ़े जो पूर्वले कर्म सन उस करके सानूं मिली तो हुण दे जिहड़े साढ़े कर्म ने वह सानूं हुण भी ते अगे भी सानूं ये बेनीफिट देणगे। सो सिखिज़म अनुसार कर्म फिलोसफी की है आओ इस बारे जानकारी लेने आ भाई सुखदेव सिंह जी तो। भाई साहब जी जय हो वाहेगुरु जी का खालसा वाहेगुरू जी की फतेह जी। सो कर्म फिलोसफी की जो गल करते जी हर धर्म में कर्म फिलोसफी बहुत महत्ता दी गई है। हाँ जी सिखिज़म में कर्म फिलोसफी की कहती है जी। देखो जी जिवें तुसीं गल कही कि हर धर्म के जिहड़ी कर्म फिलोसफी दी एक अपनी विशेषता है एक अपनी महत्ता है और सिख हिस्म नूं जदों आपां देखदे हां उहदे विच गुरू साहिब जी ने कर्मां दी फिलोसफी दी थां पर थां मनुख नूं सोझी दित्ती है ज्ञान दिता है और इस गल तों आगाह कराया है कि यह बंदे जिहड़े कर्म ने जिहनूं आपां एक्शन कहिंदे आ जिहनूं आपां क्रिया कहिंदे आ इहदे विच शुद्धता इहदे विच पवित्रता होणी बड़ी जरूरी है जी। जे आपां थोड़ा जिहा दे फिलोसफी पक्ष नूं देखीए तो दो तरह के कर्म जिहड़े ने विशेष तौर उत्ते मन्ने गए ने एक कर्म आपां कहिंदे आ शरीरक ते दूजे कर्म जिहड़े ने उहनां नूं आपां कहिंदे आ मानसिक। ये शरीरक ते मानसिक कर्म जिहड़े ने ये दोनों जिथे साडे जीवन दे लई बड़ी महत्ता रखते ने उत्थे जो कुछ आपां बाहर देखते हाँ समाजिक जीवन राजनीतिक जीवन सभ्याचारक धार्मिक जीवन इस नूं सिरजण दे विच इहनां दा बड़ा योगदान हुंदा है जी। जे आपां कर्मां दी गल करिए ਤਾਂ ਜਦੋਂ ਆਪਾਂ ਐਕਸ਼ਨ ਕਰਦੇ ਹਾਂ ਕਰਮ ਕਰਦੇ ਹਾਂ ਤਾਂ ਵਿਦਵਾਨ ਕਹਿੰਦੇ ਉਹਨਾਂ ਕਰਮਾਂ ਦੇ ਨਾਲ ਸਾਡੇ ਸੰਸਕਾਰ ਬਣਦੇ ਨੇ। ਠੀਕ ਜਦੋਂ ਸੰਸਕਾਰ ਸਾਡੇ ਅੰਦਰ ਦੇ ਵਿੱਚ ਬਣਦੇ ਨੇ ਉਹਨਾਂ ਸੰਸਕਾਰਾਂ ਤੋਂ ਸਾਡਾ ਇੱਕ ਸੁਭਾਅ ਬਣਦਾ ਇੱਕ ਸਾਡੀ ਨੇਚਰ ਬਣਦੀ ਹੈ। ਜਿਵੇਂ ਆਪਾਂ ਕਈ ਵਾਰ ਇਹ ਗੱਲ ਸੁਣਦੇ ਆਏ ਹਾਂ ਕਿ ਜਿਹੜੇ ਮਾਂ ਪਿਓ ਦੇ ਕੋਲੋਂ ਬੱਚਿਆਂ ਨੂੰ ਸੰਸਕਾਰ ਮਿਲਦੇ ਨੇ ਅਤੇ ਉਹ ਹੀ ਸੰਸਕਾਰ ਲੈ ਕੇ ਬੱਚੇ ਜਿਹੜੇ ਨੇ ਅੱਗੇ ਜਾਂਦੇ ਨੇ ਉਹਦਾ ਅਰਥ ਇਹ ਕਿ ਜਿਸ ਤਰ੍ਹਾਂ ਦੀ ਮਾਨਸਿਕ ਅਵਸਥਾ ਜਾਂ ਜਿਸ ਤਰ੍ਹਾਂ ਦੇ ਮਾਨਸਿਕ ਕਰਮ ਮਾਂ ਪਿਓ ਦੇ ਹੁੰਦੇ ਨੇ ਜਾਂ ਜਿਸ ਤਰ੍ਹਾਂ ਦੇ ਕਰਮ ਮਾਂ ਪਿਓ ਬੱਚਿਆਂ ਦੇ ਸਾਹਮਣੇ ਕਰਦੇ ਨੇ ਉਹਦਾ ਇੱਕ ਪ੍ਰਭਾਵ ਜਿਹੜਾ ਹੈ ਉਹ ਇੱਕ ਬੱਚੇ ਕਬੂਲ ਕਰਦੇ ਨੇ ਜੀ। ਜਦੋਂ ਉਹ ਪ੍ਰਭਾਵ ਕਬੂਲ ਕਰਕੇ ਬੱਚੇ ਵੀ ਉਵੇਂ ਹੀ ਕਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਉਹਦੇ ਨਾਲ ਕੀ ਹੈ ਕਿ ਉਹਨਾਂ ਦੇ ਸੰਸਕਾਰ ਜਿਹੜੇ ਬੱਚਿਆਂ ਨੇ ਆਪਣੇ ਜੀਵਨ ਵਿੱਚ ਧਾਰਨ ਕੀਤੇ ਉਹ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਲੱਗ ਪਏ ਅਤੇ ਉਸ ਤਰ੍ਹਾਂ ਦੀਆਂ ਕਿਰਿਆਵਾਂ ਦੇ ਨਾਲ ਹੀ ਉਹਨਾਂ ਦਾ ਇੱਕ ਸੁਭਾਅ ਬਣ ਗਿਆ ਅਤੇ ਉਸ ਸੁਭਾਅ ਦੇ ਅਕੋਰਡਿੰਗ ਹੀ ਉਹ ਆਪਣਾ ਜਿਹੜਾ ਜੀਵਨ ਲੈ ਕੇ ਚੱਲਦੇ ਨੇ ਜੀ। ਅਤਿ ਜ਼ਰੂਰੀ ਹੈ ਕਿ ਜਦੋਂ ਆਪਾਂ ਜੀਵਨ ਦੇ ਵਿੱਚ ਕਰਮ ਕਰਨਾ ਹੈ ਤਾਂ ਇਸ ਗੱਲ ਦਾ ਗਿਆਨ ਸੋਝੀ ਹੋਣੀ ਬੜੀ ਚਾਹੀਦੀ ਜ਼ਰੂਰੀ ਹੈ ਕਿ ਕਿਹੜਾ ਕਰਮ ਕਰਨਾ ਚਾਹੀਦਾ ਹੈ ਔਰ ਕਿਹੜਾ ਕਰਮ ਨਹੀਂ ਕਰਨਾ ਚਾਹੀਦਾ। ਠੀਕ ਕਿਉਂਕਿ ਹਰ ਇੱਕ ਕਰਮ ਨੇ ਸਾਡੇ ਜੀਵਨ ਨੂੰ ਬਣਾਉਣਾ ਹੈ ਔਰ ਢਾਉਣਾ ਹੈ। ਠੀਕ ਗੁਰੂ ਸਾਹਿਬ ਜੀ ਦੀ ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਕਰਮ ਭੂਮ ਮੈਂ ਬੋਵੋ ਨਾਮ ਕਹਿੰਦੇ ਨੇ ਕਿ ਜਿਵੇਂ ਧਰਤੀ ਦੇ ਵਿੱਚ ਆਪਾਂ ਬੀਜ ਬੀਜਦੇ ਹਾਂ ਜੀ ਤਾਂ ਇਸ ਗੱਲ ਨੂੰ ਪਹਿਲਾਂ ਆਪਾਂ ਦੇਖਦੇ ਹਾਂ ਕਿ ਧਰਤੀ ਦੇ ਵਿੱਚ ਆਪਾਂ ਬੀਜ ਬੀਜਣਾ ਹੈ ਤਾਂ ਕੀ ਇਹਦੇ ਵਿੱਚੋਂ ਸਾਨੂੰ ਕੋਈ ਫਲ ਪ੍ਰਾਪਤ ਹੋਏਗਾ। ਜਿਸ ਧਰਤੀ ਦੇ ਵਿੱਚੋਂ ਆਪਾਂ ਨੂੰ ਪਤਾ ਆ ਕਿ ਇਹਦੇ ਵਿੱਚ ਬੀਜ ਬੀਜਿਆ ਕੋਈ ਫਲ ਨਹੀਂ ਦੇਗਾ ਜਿਹਨੂੰ ਆਪਾਂ ਕਹਿੰਦੇ ਬੰਜਰ ਧਰਤੀ ਕਦੀ ਨਹੀਂ ਆਪਾਂ ਉਸ ਬੰਜਰ ਧਰਤੀ ਵਿੱਚ ਬੀਜ ਬੀਜਦੇ ਆਪਾਂ ਕਹਿੰਦੇ ਇਹਦੇ ਵਿੱਚ ਲਾਭ ਹੀ ਨਹੀਂ ਮਿਲਣਾ। ਰਾਈਟ ਸੋ ਜਦੋਂ ਜੀਵਨ ਦੇ ਵਿੱਚ ਆਪਾਂ ਦੇਖਣਾ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ ਸਰੀਰ ਨੂੰ ਧਰਤੀ ਅਤੇ ਕਰਮ ਨੂੰ ਕਹਿੰਦੀ ਬੀਜ ਜੀ ਸਰੀਰ ਰੂਪੀ ਧਰਤੀ ਦੇ ਵਿੱਚ ਕਰਮ ਬੀਜ ਦਾ ਕੰਮ ਕਰਦਾ ਹੈ ਔਰ ਜਿਹੜਾ ਬੀਜ ਕਰਮ ਦਾ ਬੀਜ ਦਿੱਤਾ ਉਹਦੇ ਫਲ ਤੋਂ ਕੋਈ ਵੀ ਮਨੁੱਖ ਬਚ ਨਹੀਂ ਸਕਦਾ ਉਹਦਾ ਫਲ ਉਸਨੂੰ ਪ੍ਰਾਪਤ ਹੋਏਗਾ। ਇਸ ਬਾਬਤ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਵੀ ਥਾਂ ਪਰ ਥਾਂ ਸਾਨੂੰ ਸੂਚਿਤ ਕੀਤਾ ਹੈ। ਹੁਣ ਅਰਥ ਬਣਦਾ ਹੈ ਕਿ ਜਦੋਂ ਆਪਾਂ ਧਰਤੀ ਦੇ ਵਿੱਚ ਬੀਜ ਬੀਜਦੇ ਹਾਂ ਉਹਨੂੰ ਆਪਾਂ ਪਾਣੀ ਵੀ ਦੇਣਾ ਹੈ ਠੀਕ ਉਹਨੂੰ ਆਪਾਂ ਵਤਰ ਵਿੱਚ ਵੀ ਰੱਖਣਾ ਹੈ ਜੀ ਜਦੋਂ ਉਹ ਪੈਦਾ ਹੁੰਦਾ ਹੈ ਫਲੀਭੂਤ ਹੁੰਦਾ ਹੈ ਤਾਂ ਉਹਦੀ ਆਪਾਂ ਰਖਵਾਲੀ ਵੀ ਕਰਨੀ ਹੈ ਤਾਂ ਉਹ ਜਿਹੜਾ ਸਾਨੂੰ ਫਲ ਜਿਹੜਾ ਹੈ ਪ੍ਰਾਪਤ ਹੋਊਗਾ ਜੀ। ਗੁਰਬਾਣੀ ਵਿੱਚ ਸਾਹਿਬ ਕਹਿੰਦੇ ਕਰਮ ਭੂਮ ਹੈ ਬੋਵੋ ਨਾਮ ਕਿ ਆਪਣੇ ਸਰੀਰ ਦੀ ਧਰਤੀ ਦੇ ਵਿੱਚ ਕਰਮਾਂ ਦਾ ਬੀਜ ਬੀਜ ਪਰ ਉਹ ਬੀਜ ਬੀਜ ਜਿਹਦੇ ਵਿੱਚ ਤੈਨੂੰ ਆਤਮਕ ਮਾਨਸਿਕ ਜਿਹੜਾ ਹੈ ਲਾਭ ਪ੍ਰਾਪਤ ਹੋਵੇ ਕਿਤੇ ਐਸਾ ਬੀਜ ਨਾ ਬੀਜ ਦਈ ਜਿਹੜਾ ਬੀਜ ਤੇਰੇ ਜੀਵਨ ਦੇ ਲਈ ਪਛਤਾਵੇ ਦਾ ਕਾਰਨ ਬਣੇ। ਕਿਉਂ ਕਿਉਂਕਿ ਸਾਹਿਬ ਕਹਿੰਦੇ ਨੇ ਜੈਸਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਖੇਤ ਕਿ ਜਿਸ ਤਰ੍ਹਾਂ ਦਾ ਤੂੰ ਬੀਜਿਆ ਸੀ ਉਸ ਤਰ੍ਹਾਂ ਦਾ ਤੂੰ ਵੱਢਣਾ ਹੈ ਕਿਉਂਕਿ ਤੇਰੇ ਕਰਮਾਂ ਦਾ ਇਹ ਸਰੀਰ ਖੇਤ ਹੈ। ਆਪਾਂ ਬਾਣੀ ਪੜ੍ਹਦੇ ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ
ਆਏ ਜੋ ਜੀਵਨ ਦੇ ਵਿੱਚ ਅਸੀਂ ਬੀਜ ਬੀਜੇ ਜੋ ਅਸੀਂ ਕਰਮ ਸੰਸਕਾਰ ਆਪਣੇ ਮਾਂ ਪਿਓ ਕੋਲੋਂ ਲਏ ਜਾਂ ਜੋ ਸਾਡੇ ਜੀਵਨ ਦੇ ਵਿੱਚ ਅੰਦਰ ਸੰਸਕਾਰ ਸੀ ਉਹਨਾਂ ਨੂੰ ਲੈ ਕੇ ਅਸੀਂ ਉਸੇ ਤਰ੍ਹਾਂ ਦਾ ਬੀਜ ਆਪਣੇ ਜੀਵਨ ਦੇ ਵਿੱਚ ਬੀਜਦੇ ਰਹੇ ਹੁਣ ਜਿਹੜਾ ਬੀਜ ਅਸੀਂ ਕਰਮਾਂ ਦਾ ਬੀਜ ਦਿੱਤਾ ਹੈ ਉਸ ਨੂੰ ਸਾਨੂੰ ਵੱਢਣਾ ਪੈਣਾ ਹੈ ਉਸ ਤੋਂ ਬਚਿਆ ਨਹੀਂ ਜਾ ਸਕਦਾ ਠੀਕ ਔਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਸਹਿ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਬੰਦੇ ਕਰਮ ਜਿਹੜਾ ਹੈ ਇਸ ਨੂੰ ਕਰਨ ਤੋਂ ਪਹਿਲਾਂ ਸੋਚ ਕਿਉਂਕਿ ਕਰਮ ਤੋਂ ਬਾਅਦ ਕਰਕੇ ਪਛਤਾਵਾ ਉਹਦੇ ਵਿੱਚੋਂ ਨਾ ਪੈਦਾ ਹੋ ਜਾਵੇ ਠੀਕ ਜਿਵੇਂ ਧੰਨ ਗੁਰੂ ਅਮਰਦਾਸ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ ਉਹ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋ ਤਾਈ ਹੈ ਠੀਕ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਜੇਕਰ ਸਾਰੀ ਜ਼ਿੰਦਗੀ ਮਨੁੱਖ ਨੇ ਕਿੱਕਰਾਂ ਬੀਜੀਆਂ ਇੱਕ ਉਦਾਹਰਣ ਦਿੰਦੇ ਹਾਂ ਅਤੇ ਕਿੱਕਰਾਂ ਬੀਜਣ ਵਾਲਾ ਮਨੁੱਖ ਜਿਹੜਾ ਕਹਿੰਦਾ ਹੈ ਕਿ ਵੀ ਹੁਣ ਮੇਰੇ ਜੀਵਨ ਦਾ ਆਖਰੀ ਸਮਾਂ ਹੈ ਇਹਦੇ ਵਿੱਚ ਮੈਨੂੰ ਹੁਣ ਅੰਗੂਰ ਮਿਲਣੇ ਚਾਹੀਦੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਕਿੱਕਰਾਂ ਦਾ ਬੀਜ ਬੀਜਣ ਵਾਲੇ ਵਿਅਕਤੀ ਨੂੰ ਅੰਗੂਰਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਠੀਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਵੀ ਉਦਾਹਰਣ ਪ੍ਰਾਪਤ ਹੁੰਦੀ ਹੈ ਆਪਾਂ ਨੂੰ ਕਿ ਸਾਰੀ ਜ਼ਿੰਦਗੀ ਮਨੁੱਖ ਉੱਨ ਕੱਤਦਾ ਰਿਹਾ ਜੀ ਅਤੇ ਹੁਣ ਉੱਨ ਕੱਤ ਕੱਤ ਕੇ ਮਨੁੱਖ ਕਹਿੰਦਾ ਹੈ ਕਿ ਭਾਈ ਮੈਨੂੰ ਤਾਂ ਹੁਣ ਰੇਸ਼ਮ ਦੀ ਪ੍ਰਾਪਤੀ ਹੋਵੇ ਉੱਨ ਕੱਤਣ ਦੇ ਨਾਲ ਰੇਸ਼ਮ ਦੀ ਜਿਹੜੀ ਪ੍ਰਾਪਤੀ ਨਹੀਂ ਹੁੰਦੀ ਇਸ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਜਿਹੜਾ ਸਰੀਰ ਹੈ ਇਹਦੇ ਵਿੱਚ ਇਸ ਤਰ੍ਹਾਂ ਦੇ ਸ਼ੁਭ ਕਰਮਾਂ ਦਾ ਬੀਜ ਬੀਜ ਜਿਹਦੇ ਨਾਲ ਤੈਨੂੰ ਮਾਨਸਿਕ ਔਰ ਆਤਮਿਕ ਲਾਭ ਪ੍ਰਾਪਤ ਹੋਵੇਗਾ ਕਿਉਂਕਿ ਜੇ ਇੱਕ ਵਾਰ ਕਰਮ ਭੂਮ ਜਿਹੜਾ ਹੈ ਬੀਜ ਜਿਹੜਾ ਬੀਜ ਦਿੱਤਾ ਤਾਂ ਉਹਨੇ ਤੇਰੇ ਜੀਵਨ ਦੇ ਵਿੱਚ ਹਰ ਥਾਂ 'ਤੇ ਭਾਵ ਜਿਉਂਦਿਆਂ ਵੀ ਔਰ ਮਰਨ ਤੋਂ ਬਾਅਦ ਵੀ ਸੰਸਕਾਰ ਬਣ ਕੇ ਸਾਡੇ ਉਹ ਨਾਲ ਲੈਂਦਾ ਠੀਕ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਲੇਕਿਨ ਬਾਣੀ ਵਿੱਚ ਹੀ ਅਸੀਂ ਪੜ੍ਹਦੇ ਹਾਂ ਜਿਹਦਾ ਕਈ ਵਾਰੀ ਜ਼ਿਕਰ ਵੀ ਕੀਤਾ ਜਾਂਦਾ ਕਿ ਭਾਵੇਂ ਅਖੀਰਲੇ ਸਮੇਂ 'ਤੇ ਜੇਕਰ ਚਾਰ ਪੰਜ ਤੁਕਾਂ ਆਉਂਦੀਆਂ ਨੇ ਕਿ ਜੀ ਤੁਸੀਂ ਜੇਕਰ ਅਖੀਰਲੇ ਸਵਾਸ ਵਿੱਚ ਵੀ ਰੱਬ ਨੂੰ ਯਾਦ ਕਰ ਲੈਂਦੇ ਤਾਂ ਤੁਹਾਨੂੰ ਅਗਲੇ ਜਨਮ ਦੇ ਵਿੱਚ ਕੋਈ ਯੂਨੋ ਦਾ ਕੋਈ ਨਾ ਕੋਈ ਤੁਹਾਨੂੰ ਲਾਭ ਮਿਲ ਜਾਏਗਾ ਇਸ ਨੂੰ ਲੈ ਕੇ ਕਈ ਵਾਰੀ ਜਿਹੜਾ ਹੈਗਾ ਕੰਟਰਡਿਕਸ਼ਨ ਵੀ ਆਉਂਦੀ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਕਿ ਜੋ ਅਸੀਂ ਸਾਰੀ ਉਮਰ ਬੀਜਦੇ ਹਾਂ ਉਹੀ ਸਾਨੂੰ ਅੱਗੇ ਜਾ ਕੇ ਪ੍ਰਾਪਤੀ ਹੋਣੀ ਹੈ ਜਾਂ ਅੱਗੇ ਜਾਣ ਤੋਂ ਪ੍ਰਭਾਵ ਇਹ ਹੈਗਾ ਕਿ ਹੁਣ ਵੀ ਮਤਲਬ ਜੋ ਅਸੀਂ ਬੀਜਾਂਗੇ ਉਹਦਾ ਸਾਨੂੰ ਰਿਜ਼ਲਟ ਮਿਲੇਗਾ ਬਿਲਕੁਲ ਠੀਕ ਹੈ ਨਾ ਜਿੰਨੀ ਮਿਹਨਤ ਕਰਨੇ ਉਸ ਹਿਸਾਬ ਨਾਲ ਜੇਕਰ ਅਸੀਂ ਦੁਨਿਆਵੀ ਤੌਰ 'ਤੇ ਦੇਖੀਏ ਤਾਂ ਜੋ ਅਸੀਂ ਮਿਹਨਤ ਕਰਦੇ ਹਾਂ ਉਹਦਾ ਸਾਨੂੰ ਫਲ ਮਿਲ ਜਾਂਦਾ ਹੈ ਬਿਲਕੁਲ ਸਿਮਿਲਰਲੀ ਜਦੋਂ ਤੁਸੀਂ ਅਧਿਆਤਮਿਕ ਤਲ 'ਤੇ ਜਦੋਂ ਗੱਲ ਕਰਦੇ ਹੋ ਤਾਂ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਸੀ ਜਿਹਾ ਬੀਜੇ ਸੋ ਲੁਣੇ ਕਰਮਾਂ ਸੰਗਲਾ ਖੇਤ ਕਿ ਇਹ ਜੋ ਬੀਜੋਗੇ ਉਹਦਾ ਹੀ ਤੁਹਾਨੂੰ ਐਂਡ ਰਿਜ਼ਲਟ ਮਿਲਣਾ ਹੈ ਪਰ ਅਗੇਨ ਜਦੋਂ ਕੰਟਰਡਿਕਸ਼ਨ ਹੈਗੀ ਹੈ ਕਿ ਇਹ ਬਾਣੀ 'ਚ ਕਹਿੰਦੇ ਇੱਕ ਪਾਸੇ ਅਸੀਂ ਕੰਟਰਡਿਕਸ਼ਨ ਨਹੀਂ ਹੈਗੀ ਪਰ ਜੇਕਰ ਅਖੀਰਲੇ ਸਮੇਂ 'ਤੇ ਵੀ ਰੱਬ ਨੂੰ ਯਾਦ ਕਰ ਲਿਆ ਜਾਏ ਤਾਂ ਤੁਹਾਨੂੰ ਕੁਝ ਨਾ ਕੁਝ ਪ੍ਰਾਪਤੀ ਹੋ ਜਾਏਗੀ ਇਹ ਵੀ ਜ਼ਿਕਰ ਹੁੰਦਾ ਹੈਗਾ ਇਹਦਾ ਥੋੜ੍ਹਾ ਜਿਹਾ ਮੈਨੂੰ ਦੱਸੋ ਕਿ ਇਹ ਗੁਰੂ ਸਾਹਿਬ ਕੀ ਕਹਿਣਾ ਚਾਹ ਰਹੇ ਨੇ ਉੱਥੇ ਹਰਵਿੰਦ ਸਿੰਘ ਜੀ ਕਈ ਵਾਰ ਨਾ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਉਹ ਗੁਰਬਾਣੀ ਦੀ ਜਿਹੜੀ ਫਿਲੋਸਫੀ ਹੁੰਦੀ ਹੈ ਸ਼ਬਦ ਦੀ ਉਸਨੂੰ ਆਪਾਂ ਪੂਰੀ ਤਰ੍ਹਾਂ ਨਹੀਂ ਜਾਣਦੇ ਹੁੰਦੇ ਉਹਦੇ ਇੱਕ ਵਾਕ ਦੀ ਆਪਾਂ ਕਈ ਵਾਰ ਵਿਆਖਿਆ ਕਰਕੇ ਸਮਝ ਲੈਂਦੇ ਹਾਂ ਜੀ ਹੁਣ ਜਦੋਂ ਗੁਰਬਾਣੀ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਵਡਿਆਈ ਦੀ ਗੱਲ ਕੀਤੀ ਗਈ ਹੈ ਕਿ ਪਰਮੇਸ਼ਰ ਜਿਹੜਾ ਹੈ ਬੜਾ ਬੇਅੰਤ ਹੈ ਜੋ ਚਾਹੇ ਸੋ ਕਰ ਸਕਦਾ ਹੈ ਜੀ ਜੇ ਉਹਦੀ ਕਿਰਪਾ ਹੋ ਜਾਵੇ ਤਾਂ ਬਚਪਨ ਦੇ ਵਿੱਚ ਹੀ ਉਤਾਰ ਦਿੰਦਾ ਜੇ ਉਹਦੀ ਕਿਰਪਾ ਹੋ ਜਾਵੇ ਤਾਂ ਬੁਢੇਪੇ ਵਿੱਚ ਵੀ ਉਤਾਰ ਦਿੰਦਾ ਜਿਹਦੀ ਕਿਰਪਾ ਹੋ ਜਾਵੇ ਤਾਂ ਜ਼ਿੰਦਗੀ ਦੇ ਆਖਰੀ ਸਵਾਸ ਦੇ ਵਿੱਚ ਵੀ ਪਾਰ ਉਤਾਰਾ ਕਰ ਦਿੰਦੇ ਠੀਕ ਉੱਥੇ ਗੱਲ ਹੈ ਪਰਮੇਸ਼ਰ ਦੇ ਨਾਮ ਦੀ ਵਡਿਆਈ ਜੀ ਕਿ ਅੰਤਕਾਲ ਨਾਰਾਇਣ ਸਿਮਰਿਆ ਅੰਤਕਾਲ ਜਿਹੜਾ ਸਮਾਂ ਆਇਆ ਪਰਮਾਤਮਾ ਦੀ ਯਾਦ ਉਹਦੇ ਅੰਦਰ ਦੇ ਵਿੱਚ ਵਾਹਿਗੁਰੂ ਨੇ ਵਸਾਈ ਅਤੇ ਜਦੋਂ ਯਾਦ ਆ ਕੇ ਵਸੀ ਤਾਂ ਜਿਵੇਂ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਚੰਗਿਆੜੀ ਜਿਹੜੀ ਹੈ ਬਹੁਤ ਵੱਡਾ ਘਾਹ ਫੂਸ ਜਿਹੜਾ ਹੈ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਅਤੇ ਉੱਥੇ ਨਾਮ ਦੀ ਵਡਿਆਈ ਦੀ ਗੱਲ ਕੀਤੀ ਗਈ ਹੈ ਕਿ ਅਗਰ ਪਰਮੇਸ਼ਰ ਦੇ ਨਾਮ ਦਾ ਕਿਣਕਾ ਉਹ ਪ੍ਰਾਪਤ ਹੋ ਜਾਵੇ ਤੇ ਜੀਵਨ ਦੇ ਪਾਪ ਜਿਹੜੇ ਨੇ ਸਾਰੇ ਸੜ ਕੇ ਸੁਆਹ ਹੋ ਜਾਂਦੇ ਨੇ ਰਾਈਟ ਇਹਦਾ ਅਰਥ ਇਹ ਨਹੀਂ ਆ ਕਿ ਆਪਾਂ ਲੈ ਲੈਣਾ ਕਿ ਹੁਣ ਆਪਾਂ ਵੀ ਆਖਰੀ ਸਮੇਂ ਇੱਕ ਸਿਮਰ ਲਾਂਗੇ ਜਿਵੇਂ ਕਿ ਸਾਡੀ ਇੱਕ ਪਰੰਪਰਾ ਵੀ ਬਣੀ ਹੋਈ ਸੋਚ ਬਣੀ ਹੋਈ ਹੈ ਕਿ ਚਲੋ ਕੋਈ ਗੱਲ ਨਹੀਂ ਅਜੇ ਖਾਣ ਪੀਣ ਦਾ ਵਕਤ ਹੈ ਸਮਾਂ ਖਾਓ ਪੀਓ ਜਦੋਂ ਵਕਤ ਆਏਗਾ ਉਦੋਂ ਪਰਮੇਸ਼ਰ ਦਾ ਨਾਮ ਜਪ ਲਵਾਂਗੇ ਐਸਾ ਨਹੀਂ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਆਪਾਂ ਬਾਣੀ 'ਤੇ ਜਦੋਂ ਕਰਮ ਦੀ ਗੱਲ ਕਰਦੇ ਹਾਂ ਜਦੋਂ ਕਰਮ ਦੀ ਗੱਲ ਆਉਂਦੀ ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥਾਂ ਪਰ ਥਾਂ ਮਨੁੱਖ ਨੂੰ ਪਹਿਲਾਂ ਸੁਚੇਤ ਕੀਤਾ ਗਿਆ ਜੀ ਕਿ ਜਦੋਂ ਕਰਮ ਕਰਨ ਤੋਂ ਬਾਅਦ ਤੂੰ ਪਛਤਾਏਗਾ ਤਾਂ ਉਹਦਾ ਕੋਈ ਲਾਭ ਨਹੀਂ ਹੋਣਾ ਕਰਮ ਕਰਨ ਤੋਂ ਪਹਿਲਾਂ ਸੋਚ ਬਾਬਾ ਫਰੀਦ ਜੀ ਦੇ ਬੜੇ ਸੋਹਣੇ ਬਚਨ ਆ ਉਹ ਕਹਿੰਦੇ ਫਰੀਦ ਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਸਾਰ ਕਹਿੰਦੇ ਮਤ ਸ਼ਰਮਿੰਦਾ ਥੀ ਵੇ ਸਾਈਂ ਦੇ ਦਰਬਾਰ ਕਹਿੰਦੇ ਕਿ ਹੇ ਫਰੀਦ ਕਿ ਜਿਨ੍ਹਾਂ ਕੰਮਾਂ ਦੇ ਵਿੱਚ ਗੁਣ ਨਹੀਂ ਹੈ ਚੰਗਿਆਈ ਨਹੀਂ ਹੈ ਇਮਾਨਦਾਰੀ ਨਹੀਂ ਉਹ ਕਰਮ ਛੱਡ ਦੇ ਕਿਉਂਕਿ ਜੇ ਤੂੰ ਨਾ ਛੱਡੇ ਉਹ ਕਰਮ ਜਿਹੜੇ ਮੰਦੇ ਆ ਉਹਨਾਂ ਕਰਮਾਂ ਨੂੰ ਜਦੋਂ ਤੂੰ ਨਾਲ ਲੈ ਕੇ ਜਾਏਗਾ ਤਾਂ ਰੱਬ ਦੇ ਘਰ ਵਿੱਚ ਤੈਨੂੰ ਸ਼ਰਮਿੰਦਗੀ ਉਠਾਉਣੀ ਪਏਗੀ ਜੀ ਸੋ ਨੇਕ ਕਰਮ ਜਿਹੜੇ ਨੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਠੀਕ ਹੁਣ ਦੂਜੀ ਗੱਲ ਹੈ ਕਿ ਜਿਹੜਾ ਕਰਮ ਹੋਣਾ ਮੰਨ ਲਓ ਕਿ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਜਿਵੇਂ ਤੁਸੀਂ ਗੱਲ ਕਹੀ ਕਿ ਅੰਤ ਸਮੇਂ ਕਹਿੰਦੇ ਨੇ ਵੀ ਸਿਮਰ ਲੋਪੀ ਜਾ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਜਦੋਂ ਜ਼ਮੀਨ ਦਾ ਵੱਤਰ ਲੰਘ ਜੇ ਉਹਦੇ ਵਿੱਚ ਆਪਾਂ ਚੰਗੇ ਤੋਂ ਚੰਗੀ ਕੁਆਲਿਟੀ ਦਾ ਬੀਜ ਲਿਆ ਕੇ ਪਾ ਦਈਏ ਨਹੀਂ ਹੋਏਗਾ ਕੁਛ ਤਾਂ ਉਹਦੇ ਵਿੱਚ ਕੀ ਹੋਏਗਾ
ਫਲੀਪੂਰਤੀ ਨਹੀਂ ਹੋਏਗਾ ਕਿਉਂਕਿ ਜ਼ਮੀਨ ਦਾ ਜਿਹੜਾ ਵੱਤਰ ਹੈ ਉਹ ਲੰਘ ਗਿਆ। ਠੀਕ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਇਹ ਬਚਨ ਪੜ੍ਹਦੇ ਹਾਂ ਕਿ ਅਬ ਕਲੂ ਆਇਓ ਰੇ ਇੱਕ ਨਾਮ ਬੋਬੋ ਬੋਬੋ ਅਨ ਰੁੱਤ ਨਾਹੀ ਨਾਹੀ। ਸਾਹਿਬ ਕਹਿੰਦੇ ਕਿ ਵਕਤ ਆਇਆ ਹੈ, ਸਮਾਂ ਆਇਆ ਹੈ ਜੀ ਕਿ ਪਰਮੇਸ਼ੁਰ ਦੇ ਨਾਮ ਦਾ ਜਿਹੜਾ ਬੀਜ ਹੈ ਆਪਣੇ ਜੀਵਨ ਦੀ ਧਰਤੀ ਵਿੱਚ ਬੀਜ ਲੈ। ਇਹ ਕਿਸੇ ਹੋਰ ਰੁੱਤ ਵਿੱਚ ਨਹੀਂ, ਭਾਵ ਕਿਸੇ ਹੋਰ ਜੀਵਨ ਵਿੱਚ ਨਹੀਂ, ਇਹ ਜ਼ਿੰਦਗੀ ਦੀ ਵਾਰੀ ਪ੍ਰਾਪਤ ਹੋਈ ਹੈ। ਅਤੇ ਜੇ ਰੁੱਤ ਹੈ ਅਤੇ ਰੁੱਤ ਦੇ ਵਿੱਚ ਭਾਵ ਜਿਹਨੂੰ ਆਪਾਂ ਕਹਿੰਦੇ ਹਾਂ ਸਾਡੇ ਕੋਲ ਤਾਕਤ ਹੈ, ਸ਼ਕਤੀ ਹੈ, ਸਰੀਰਕ ਹੈ, ਮਾਨਸਿਕ ਹੈ ਜੀ। ਜਦੋਂ ਹੁਣ ਧੰਨ ਬਾਬਾ ਕਬੀਰ ਜੀ ਕਹਿੰਦੇ ਨੇ ਜਦੋਂ ਤੇਰੇ ਗਲੇ ਦੇ ਵਿੱਚ ਬੋਲਣ ਦੀ ਤਾਕਤ ਹੀ ਨਾ ਰਹੀ ਅਤੇ ਤੂੰ ਹੁਣ ਕਹਿੰਦਾ ਕਿ ਮੈਂ ਪਰਮਾਤਮਾ ਦੀ ਬਾਣੀ ਦਾ ਗਾਇਨ ਕਰਾਂ, ਗਾਵਾਂ, ਕਿਵੇਂ ਗਾਏਗਾ? ਨਹੀਂ ਹੋਏਗੀ, ਕਿਉਂਕਿ ਵਕਤ ਸੀ ਲੰਘ ਗਿਆ ਜੀ। ਹੁਣ ਅੱਖਾਂ ਵਿੱਚ ਦੇਖਣ ਦੀ ਤਾਕਤ ਨਹੀਂ, ਅੱਜ ਤੂੰ ਕਹਿੰਦਾ ਕਿ ਮੈਂ ਗੁਰੂ ਦੇ ਦਰਸ਼ਨ ਕਰਾਂ, ਅੱਜ ਕਹਿੰਦਾ ਤੂੰ ਮੈਂ ਸੰਗਤ ਦੇ ਦਰਸ਼ਨ ਕਰਾਂ, ਅੱਜ ਤੇ ਅੱਖਾਂ ਜਿਹੜੀਆਂ ਜਵਾਬ ਦੇ ਗਈਆਂ। ਠੀਕ। ਸਰੀਰ ਦਾ ਇੱਕ ਵੱਤਰ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਸੁਚੇਤ ਕੀਤਾ ਹੈ ਕਿ ਸਮਾਂ ਲੰਘ ਗਿਆ, ਇਸ ਨੇ ਵਾਪਸ ਮੁੜ ਕੇ ਨਹੀਂ ਆਉਣਾ। ਜੀਵਨ ਦਾ ਵੱਤਰ ਲੰਘ ਗਿਆ, ਫਿਰ ਤੇਰੇ ਹੱਥ ਵਿੱਚ ਕੁਝ ਨਹੀਂ ਆਉਣਾ। ਅੱਜ ਵਕਤ ਹੈ, ਅੱਜ ਸਮਾਂ ਹੈ, ਅੱਜ ਜਿਹੜਾ ਸਮਾਂ ਹੈ ਇਸ ਨੂੰ ਕਦੀ ਕੱਲ੍ਹ ਤੇ ਨਾ ਛੱਡ। ਅੱਜ ਜੇ ਵਕਤ ਮਿਲਿਆ ਹੈ ਪਤਾ ਨਹੀਂ ਕੱਲ੍ਹ ਨੇ ਕਾਲ ਬਣ ਜਾਣਾ ਹੈ ਕਦੇ। ਇਸ ਕਰਕੇ ਜਿਹੜਾ ਕਰਮ ਕੱਲ੍ਹ ਤੇ ਛੱਡਦਾ ਹੈ ਉਹਨੂੰ ਅੱਜ ਕਰ, ਜਿਹੜਾ ਕੰਮ ਅੱਜ ਤੇ ਛੱਡਦਾ ਹੈ ਉਹਨੂੰ ਹੁਣੇ ਕਰ, ਕਿਉਂਕਿ ਪਤਾ ਨਹੀਂ ਕਿਸ ਵਕਤ ਉਸ ਦੇ ਘਰ ਦੇ ਵਿੱਚੋਂ ਆਵਾਜ਼ ਪ੍ਰਾਪਤ ਹੋ ਜਾਣੀ ਹੈ। ਸੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਜਦੋਂ ਆਪਾਂ ਨਾਮ ਦੀ ਵਡਿਆਈ ਦੀ ਗੱਲ ਕਰਦੇ ਹਾਂ ਕਿ ਪਰਮੇਸ਼ੁਰ ਕਰਨ ਕਾਰਨ ਸਮਰੱਥ ਹੈ, ਕੁਝ ਵੀ ਕਰ ਸਕਦਾ ਹੈ। ਰਾਈਟ। ਉਹ ਜੇ ਚਾਹੇ ਕਿਰਪਾ ਕਰੇ ਤੇ ਮੱਛਰ ਜਿਹੜਾ ਹੈ ਉਹਦੇ ਵਿੱਚ ਤਾਕਤ ਭਰ ਦੇ ਕਿ ਪਰਬਤਾਂ ਨੂੰ ਹਿਲਾ ਦੇਵੇ, ਜੇ ਉਹ ਚਾਹੇ ਤਾਂ ਬਿੱਲੀਆਂ ਦੇ ਵਿੱਚ ਤਾਕਤ ਭਰ ਦੇਵੇ ਸ਼ੇਰਾਂ ਜਿੰਨੀ, ਜੇ ਉਹ ਚਾਹੇ ਤੇ ਪਿੰਗਲਿਆਂ ਨੂੰ ਪਰਬਤ ਤੇ ਚੜ੍ਹ ਦੇਵੇ, ਇਹ ਉਹਦੀ ਸਰਵ ਸ਼ਕਤੀ ਮਾਨ ਦੀ ਗੱਲ ਹੈ। ਰਾਈਟ। ਜੇ ਉਹ ਚਾਹੇ ਤੇ ਅੰਤਕਾਲ ਆਖਰੀ ਸਵਾਸ ਵਿੱਚ ਸਾਡਾ ਪਾਰ ਉਤਾਰਾ ਵੀ ਕਰ ਦੇਵੇ। ਠੀਕ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਬੰਦੇ ਤੈਨੂੰ ਕਰਮ ਸ਼ੁਭ ਕਰਨ ਵਾਸਤੇ ਪ੍ਰੇਰਨਾ ਕੀਤੀ ਹੈ ਬਾਣੀ ਨੇ। ਔਰ ਭਗਤ ਕਬੀਰ ਸਾਹਿਬ ਜੀ ਦੀ ਬੜੀ ਸੋਹਣੀ ਅੰਮ੍ਰਿਤਮਈ ਬਾਣੀ, ਉਹ ਕਹਿੰਦੇ ਕਬੀਰ ਐਸਾ ਬੀਜ ਬੋਏ ਬਾਰੇ ਮਾਸ ਫਲੰਤ, ਕਹਿੰਦੇ ਸੀਤਲ ਛਾਇਆ ਗੈਰ ਫਲ ਪੰਖੀ ਕੇਲ ਕਰੰਤ। ਕਹਿੰਦੇ ਕਬੀਰ ਵੀ ਇਸ ਤਰ੍ਹਾਂ ਦਾ ਬੀਜ ਬੀਜ, ਸਿਆਣੇ ਕਹਿੰਦੇ ਨੇ ਜ਼ਿੰਦਗੀ ਵਿੱਚ ਇੱਕ ਚੰਗਾ ਕਰਮ ਕਰ ਦਿਉ ਜੀ ਅਤੇ ਸਾਰੀ ਜ਼ਿੰਦਗੀ ਉਸ ਚੰਗੇ ਕਰਮ ਦਾ ਜਿਹੜਾ ਫਲ ਤੁਸੀਂ ਖਾਂਦੇ ਰਹਿੰਦੇ। ਚੰਗੇ ਅਤੇ ਮਾੜੇ ਕਰਮਾਂ ਦਾ ਜਿਹੜਾ ਅਸੀਂ ਜ਼ਿਕਰ ਕਰਦੇ ਜੀ, ਥੋੜ੍ਹਾ ਇਹਤੇ ਵੀ ਫੋਕਸ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ, ਕਿਉਂਕਿ ਕਈ ਕਰਮ ਸ਼ਾਇਦ ਮੇਰੇ ਵਾਸਤੇ ਚੰਗੇ ਹੋਣ, ਤੁਹਾਡੇ ਵਾਸਤੇ ਉਹ ਮਾੜੇ ਹੋਣ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ। ਸੋ ਇਹਦੇ ਬਾਰੇ ਚਰਚਾ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਨਕੂਵਰ ਵਿੱਚ ਮਰੀਨ ਡਰਾਈਵ ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਤੇ ਭਾਰਤੀ ਗ੍ਰੋਸਰੀ ਇੱਥੇ ਉਪਲਬਧ ਹੈ। ਆਓ ਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727। We cater to all your ethnic needs. Thank you for shopping at Superstore on Marine Drive. ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਤੋਂ ਆਏ ਹੋਏ ਸਾਡੇ ਮਹਿਮਾਨ ਭਾਈ ਸੁਖਦੇਵ ਸਿੰਘ ਜੀ ਨਾਲ ਅੱਜ ਅਸੀਂ ਸਾਂਝ ਪਾ ਰਹੇ ਹਾਂ ਕਿ ਕਰਮ ਫਿਲਾਸਫੀ ਕੀ ਹੈ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਭਾਈ ਸਾਹਿਬ ਨੇ ਵਿਸਥਾਰ ਵਿੱਚ ਗੱਲਬਾਤ ਕੀਤੀ ਕਿ ਜਿਹੋ ਜਿਹਾ ਅਸੀਂ ਬੀਆਂਗੇ ਉਹੀ ਸਾਨੂੰ ਉਸਦਾ ਫਲ ਪ੍ਰਾਪਤ ਹੋਏਗਾ। ਕਰਮ ਜੋ ਹੈ ਇਹ ਫਿਲਾਸਫੀ ਹਰ ਇੱਕ ਧਰਮ ਦੇ ਵਿੱਚ ਇਸਦੇ ਬਾਰੇ ਵੱਖਰੀ ਵੱਖਰੀ ਸੋਚ ਹੈ, ਪਰ ਸਿੱਖਿਜ਼ਮ ਵਿੱਚ ਇਹੀ ਹੈ ਕਿ ਜੋ ਅਸੀਂ ਬੀਜਦੇ ਹਾਂ ਉਹੀ ਸਾਨੂੰ ਕੱਟਣਾ ਪੈਂਦਾ ਹੈ। ਅਤੇ ਇਸ ਵਾਸਤੇ ਕਰਮ ਕਿਹੜੇ ਚੰਗੇ ਨੇ, ਕਿਹੜੇ ਮਾੜੇ ਨੇ, ਇਹਦੇ ਬਾਰੇ ਵੀ ਆਓ ਥੋੜ੍ਹੀ ਚਰਚਾ ਕਰਦੇ ਹਾਂ ਭਾਈ ਸੁਖਦੇਵ ਸਿੰਘ ਜੀ ਨਾਲ। ਜੀ ਭਾਈ ਸਾਹਿਬ, ਸੋ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਕਰਮ ਮੇਰੇ ਵਾਸਤੇ ਕਈ ਸ਼ਾਇਦ ਚੰਗੇ ਹੋ ਸਕਦੇ ਨੇ, ਤੁਹਾਡੇ ਵਾਸਤੇ ਮਾੜੇ ਹੋਣ, ਜਾਂ ਮਿਸਾਲ ਦੇ ਤੌਰ 'ਤੇ ਅਸੀਂ ਕਹਿ ਦਿੰਦੇ ਹਾਂ ਜੀ ਕਿ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਫਰੀਡਮ ਫਾਈਟਰਸ ਦਾ ਬੜਾ ਜ਼ਿਕਰ ਹੁੰਦਾ ਹੈ ਕਿ ਜਦੋਂ ਕੁਝ ਕਰਦੇ ਨੇ ਉਸ ਸਮੇਂ ਸਰਕਾਰਾਂ ਵਾਸਤੇ ਉਹ ਜਿਹੜਾ ਹੈਗਾ ਉਹ ਦੇਸ਼ ਦਰੋਹੀ ਹੁੰਦੇ ਨੇ, ਪਰ ਬਾਅਦ ਦੇ ਵਿੱਚ ਉਹੀ ਦੇਸ਼ ਦਰੋਹੀ ਜਿਹੜੇ ਹੈਗੇ ਨੇ ਉਹ ਫਰੀਡਮ ਫਾਈਟਰ ਬਣ ਜਾਂਦੇ ਹੈਗੇ ਨੇ। ਇਹ ਤਾਂ ਇੱਕ ਦੁਨਿਆਵੀ ਐਗਜ਼ਾਮਪਲ, ਪਰ ਦੁਨੀਆ ਦੇ ਵਿੱਚ ਰਹਿੰਦੇ ਹੋਏ ਜੀਵਨ ਦੇ ਵਿੱਚ ਕੰਮ ਅਸੀਂ ਜੋ ਕਰਦੇ ਹਾਂ ਉਸ ਵਿੱਚ ਇਹ ਜਦੋਂ ਅਸੀਂ ਫਲ ਦੀ ਪ੍ਰਾਪਤੀ ਨੂੰ ਮੁੱਖ ਰੱਖ ਕੇ ਜਦੋਂ ਕੁਝ ਕਰਦੇ ਹਾਂ, ਬੀਜ ਬੋਨੇ ਹਾਂ, ਕਰਮ ਕਰਦੇ ਹਾਂ, ਇਹ ਕਰਮ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕਰ ਕੀ ਰਹੇ ਹਾਂ, ਕੀ ਇਹ ਠੀਕ ਨੇ ਜਾਂ ਗਲਤ ਨੇ। ਇਹਦੇ ਮਤਲਬ ਦੱਸੋ ਬਾਣੀ ਸਾਨੂੰ ਕੀ ਉਪਦੇਸ਼ ਕਰਦੀ? ਬਿਲਕੁਲ ਹਰਪ੍ਰੀਤ ਸਿੰਘ ਜੀ, ਤੁਸੀਂ ਗੱਲ ਠੀਕ ਕਹੀ ਵੀ ਕਰਮ ਜਦੋਂ ਆਪਾਂ ਕਰਦੇ ਹਾਂ ਬਹੁਤ ਜ਼ਰੂਰੀ ਹੈ ਉਹ ਰੋਸ਼ਨੀ ਦਾ ਹੋਣਾ, ਗਿਆਨ ਦਾ ਹੋਣਾ ਜੀ। ਇੱਕ ਬੱਚੇ ਨੂੰ ਨਹੀਂ ਗਿਆਨ ਹੁੰਦਾ ਕਿ ਕਿਹੜਾ ਕੰਮ ਮੈਨੂੰ ਕਰਨਾ ਚਾਹੀਦਾ ਹੈ ਅਤੇ ਕਿਹੜਾ ਕੰਮ ਨਹੀਂ ਕਰਨਾ ਚਾਹੀਦਾ। ਰਾਈਟ। ਜੇ ਇੱਕ ਛੋਟੇ ਜਿਹੇ ਬੱਚੇ ਦੀ ਆਪਾਂ ਉਦਾਹਰਣ ਲਈਏ ਕਿ ਛੋਟੇ ਜਿਹੇ ਬੱਚੇ ਨੂੰ ਪਤਾ ਨਹੀਂ ਹੁੰਦਾ ਕਿ ਅੱਗ ਦੇ ਵਿੱਚ ਹੱਥ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ। ਠੀਕ। ਪਰ ਉਹਦਾ ਗਿਆਨ ਇੱਕ ਮਾਂ ਨੂੰ ਹੈ, ਮਾਂ ਦੱਸਦੀ ਹੈ ਕਿ ਅੱਗ ਦੇ ਵਿੱਚ ਹੱਥ ਨਹੀਂ ਪਾਉਣਾ ਚਾਹੀਦਾ ਜੀ, ਜਾਂ ਸੱਪ ਨੂੰ ਹੱਥ ਵਿੱਚ ਨਹੀਂ ਫੜਨਾ ਚਾਹੀਦਾ। ਹੁਣ ਬੱਚੇ ਦੇ ਜੀਵਨ ਦੇ ਸੁੱਖ ਦੇ ਲਈ, ਬੱਚੇ ਦੀ ਖੁਸ਼ੀ ਤੇ ਖੁਸ਼ਹਾਲੀ ਦੇ ਲਈ ਜੀ, ਬੱਚੇ ਦੀ ਤਰੱਕੀ ਦੇ ਲਈ
ਮਾਂ ਜਿਹੜੀ ਹੈ ਇਸ ਗੱਲ ਨੂੰ ਨਿਰਧਾਰਿਤ ਕਰਦੀ ਹੈ ਔਰ ਪੂਰੀ ਤਰ੍ਹਾਂ ਫੋਕਸ ਕਰਦੀ ਹੈ ਬੱਚੇ ਦੇ ਉੱਤੇ ਕਿ ਹਾਂ ਵੀ ਬੱਚਾ ਜਿਹੜਾ ਮਾਂ ਦੇ ਗਿਆਨ ਦੀ ਰੋਸ਼ਨੀ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਸਨੂੰ ਅੱਗੇ ਲੈ ਕੇ ਚੱਲੇ। ਰਾਈਟ, ਇਹ ਬੱਚਾ ਕਹੇ ਕਿ ਮੈਨੂੰ ਮਾਂ ਦੀ ਰੋਸ਼ਨੀ ਦੀ ਨਹੀਂ ਜ਼ਰੂਰਤ, ਤਾਂ ਉਹ ਬੱਚਾ ਕਈ ਵਾਰਾਂ ਧੋਖਾ ਵੀ ਖਾਏਗਾ, ਕਈ ਵਾਰਾਂ ਉਹਨੂੰ ਮੁਸ਼ਕਲਾਂ ਵੀ ਸਾਹਮਣਾ ਕਰਨਾ ਪਏਗਾ। ਰਾਈਟ, ਬਿਲਕੁਲ ਹਾਲਤ ਸਾਡੀ ਇਸ ਤਰ੍ਹਾਂ ਦੀ ਹੈ ਕਿ ਜਦੋਂ ਅਸੀਂ ਗੁਰੂ ਦੀ ਬਾਣੀ ਦੇ ਪ੍ਰਕਾਸ਼ ਤੋਂ ਵੀ ਹੁਣੇ ਹੋ ਕੇ ਚੱਲਦੇ ਹਾਂ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਸਰ ਕੀ ਹੈ, ਅਪਸਰ ਕੀ ਹੈ, ਚੰਗਾ ਕੀ ਹੈ, ਬੁਰਾ ਕੀ ਹੈ, ਸੱਚ ਕੀ ਹੈ, ਝੂਠ ਕੀ ਹੈ। ਕਈ ਵਾਰਾਂ 100 ਸਾਲ ਬੰਦਾ ਝੂਠ ਬੋਲਦਾ ਬੋਲਦਾ ਐਸੀਆਂ ਮਨੌਤਾਂ ਬਣਾ ਦਿੰਦਾ ਕਿ ਉਹ ਜਿਹੜਾ 100 ਸਾਲ ਪਹਿਲਾਂ ਬੋਲਿਆ ਜਾਂਦਾ ਝੂਠ ਉਹ ਸੱਚ ਹੀ ਲੱਗਣ ਲੱਗ ਪੈਂਦਾ। ਬਿਲਕੁਲ, ਜਿਵੇਂ ਕਿ ਆਪਾਂ ਅੱਜ ਧਰਮ ਦੇ ਨਾਲ ਜੁੜੀਆਂ ਪਰੰਪਰਾਵਾਂ ਨੂੰ ਦੇਖਦੇ ਹਾਂ, ਰਾਈਟ, ਬਹੁਤ ਲੰਬੇ ਸਮੇਂ ਤੋਂ ਚੱਲਦੀਆਂ ਆਈਆਂ, ਇਸ ਕਰਕੇ ਉਹ ਐਸੀਆਂ ਪੱਕ ਗਈਆਂ ਅਤੇ ਸਾਨੂੰ ਲੱਗਦਾ ਕਿ ਵੀ ਇਹੀ ਸੱਚ ਹੈ, ਇਹੀ ਧਰਮ ਹੈ। ਔਰ ਹੈਰਾਨਗੀ ਦੀ ਗੱਲ ਹੈ ਕਿ ਜਿਹੜੇ ਕਰਮ ਕਾਂਡਾਂ ਤੋਂ ਗੁਰੂ ਸਾਹਿਬ ਨੇ ਵਰਜਿਆ ਸੀ ਉਹ ਸਦੀਆਂ ਸੈਂਕੜੇ ਸਾਲ ਚੱਲਦੇ ਆਏ ਜੋ ਧਰਮ ਬਣ ਗਏ। ਰਾਈਟ, ਸਾਨੂੰ ਸਮਝ ਨਹੀਂ ਆਉਂਦੀ ਕਿ ਆਹ ਧਰਮ ਹੈ ਕਿ ਆਹ ਧਰਮ ਹੈ। ਇਸ ਕਰਕੇ ਕਿਸੇ ਵੀ ਚੀਜ਼ ਦਾ ਨਿਰਣਾ ਕਰਨਾ ਹੋਵੇ ਤਾਂ ਉਹਦੇ ਲਈ ਕਸਵੱਟੀ ਦਾ ਹੋਣਾ ਬੜਾ ਜ਼ਰੂਰੀ ਹੈ। ਰਾਈਟ, ਅਗਰ ਇੱਕ ਸੁਨਿਆਰਾ ਜਿਹੜਾ ਹੈ ਉਸਨੇ ਪਰਖ ਕਰਨੀ ਹੈ ਕਿ ਦੋ ਚਮਕਦੀਆਂ ਚੀਜ਼ਾਂ ਜਿਹੜੀਆਂ ਨੇ ਕੋਈ ਜਿਹੀਆਂ ਲੱਗਦੀਆਂ ਨੇ, ਦੋਨੇ ਸੋਨਾ ਨਹੀਂ ਹੋ ਸਕਦੀਆਂ। ਉਹਨੇ ਨਿਰਣਾ ਕਰਨਾ ਹੈ ਕਿ ਆਹ ਸੋਨਾ ਹੈ ਕਿ ਆਹ ਸੋਨਾ ਹੈ, ਉਹਦੇ ਕੋਲ ਕੀ ਹੈ, ਉਹਦੇ ਕੋਲ ਕਸਵੱਟੀ ਹੈ। ਕਸਵੱਟੀ ਦੇ ਉੱਤੇ ਲਾ ਕੇ ਇੱਕ ਪਲ ਵਿੱਚ ਦੱਸ ਦੂਗਾ ਵੀ ਆਹ ਤਾਂ ਰਾਈਟ ਸਹੀ ਹੈ, ਆਹ ਗਲਤ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਗਿਆਨ। ਰਾਈਟ, ਗੁਰੂ ਦੇ ਗਿਆਨ ਵਿੱਚ ਅਸੀਂ ਇਹ ਗੱਲ ਦੇਖਣੀ ਹੈ, ਜਦੋਂ ਗੁਰੂ ਦੇ ਗਿਆਨ ਦੇ ਵਿੱਚ ਆਪਾਂ ਕਰਮਾਂ ਦੀ ਛਾਣਬੀਣ ਕਰਾਂਗੇ ਤਾਂ ਬਿਲਕੁਲ ਨਿਰਣਾ ਹੋ ਜਾਏਗਾ ਕਿ ਕਿਹੜਾ ਕਰਮ ਧਰਮ ਦਾ ਹੈ ਅਤੇ ਕਿਹੜਾ ਕਰਮ ਪਾਪ ਦਾ ਹੈ। ਰਾਈਟ, ਔਰ ਜਿਹੜਾ ਗੁਰੂ ਦੇ ਗਿਆਨ ਦੇ ਪ੍ਰਕਾਸ਼ ਵਿੱਚ ਆਪਾਂ ਕਰਮ ਕਰਾਂਗੇ, ਉਹ ਕਰਮ ਜਦੋਂ ਆਪਾਂ ਕਰਦੇ ਹਾਂ ਉਸ ਕਰਮ ਦੇ ਦੁਆਰਾ ਇਹ ਨਹੀਂ ਕਹੇਗਾ ਵਿਅਕਤੀ ਕਿ ਮੇਰਾ ਇਹਦੇ ਨਾਲ ਬੁਰਾ ਹੋ ਰਿਹਾ ਅਤੇ ਦੂਜਾ ਕਹੇਗਾ ਮੇਰਾ ਬੁਰਾ ਹੋ ਰਿਹਾ, ਕਿਉਂਕਿ ਗੁਰੂ ਦੇ ਗਿਆਨ ਦੇ ਵਿੱਚ ਜਿਹੜਾ ਕਰਮ ਕਰੋਗੇ ਉਹਦੇ ਨਾਲ ਹਿੰਦੂ ਦਾ ਵੀ ਭਲਾ ਹੈ, ਸਿੱਖ ਦਾ ਵੀ ਭਲਾ ਹੈ, ਸਾਈ ਦਾ ਵੀ ਭਲਾ ਹੈ, ਮੁਸਲਮਾਨ ਦਾ ਵੀ ਭਲਾ ਹੈ। ਕਿਉਂਕਿ ਸੱਚ ਧਰਮ ਦੇ ਜਿਹੜੇ ਕਰਮ ਨੇ ਉਹ ਕਦੀ ਵੀ ਕਿਸੇ ਦੇ ਜੀਵਨ ਨੂੰ ਦੁੱਖ ਨਹੀਂ ਦਿੰਦੇ। ਹਾਂ, ਜੇ ਕੋਈ ਉਹਦਾ ਦੁੱਖ ਮਹਿਸੂਸ ਕਰਦਾ ਹੈ ਤਾਂ ਕੋਈ ਨਾ ਕੋਈ ਉਹਦੇ ਅੰਦਰ ਦੇ ਵਿੱਚ ਕਮੀ ਹੋਏਗੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਬਾਣੀ ਦਾ ਪ੍ਰਕਾਸ਼ ਲੈ ਕੇ ਸੰਸਾਰ ਨੂੰ ਸੋਝੀ ਦਿੱਤੀ। ਬਹੁਤ ਲੋਕਾਂ ਨੂੰ ਦਰਦ ਹੋਈ ਵੀ ਇਹ ਤਾਂ ਠੀਕ ਨਹੀਂ ਹੈ, ਇਹ ਤਾਂ ਠੀਕ ਨਹੀਂ। ਸਦੀਆਂ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਾ, ਉਹਨਾਂ ਨੇ ਮਹਿਸੂਸ ਕੀਤਾ, ਫੀਲ ਕੀਤਾ ਕਿ ਨਹੀਂ ਵੀ ਇਹ ਸੱਚ ਦੀ ਗੱਲ ਸੀ। ਉਸ ਵਕਤ ਸਾਡੇ ਅੰਦਰ ਕੂੜ ਇੰਨਾ ਜ਼ਿਆਦਾ ਸੀ ਕਿ ਸਾਨੂੰ ਸਮਝ ਨਹੀਂ ਸੀ ਆ ਰਹੀ ਵੀ ਸੱਚ ਦੀ ਬਾਣੀ ਦੇ ਸੱਚ ਦੇ ਕਰਮ ਹੈਗੀ। ਰਾਈਟ, ਸੋ ਸਾਡੇ ਅੰਦਰ ਦੀਆਂ ਜਿਹੜੀਆਂ ਊਣਤਾਈਆਂ ਹੋ ਸਕਦੀਆਂ ਜਿਹਨਾਂ ਨੂੰ ਅਸੀਂ ਨਹੀਂ ਮੰਨਦੇ, ਅਦਰਵਾਈਜ਼ ਜਦੋਂ ਸੱਚ ਦੀ ਗੱਲ ਕਰਦੇ ਹਾਂ, ਬਾਣੀ ਦੀ ਗੱਲ ਕਰਦੇ, ਉਹਦੇ ਪ੍ਰਕਾਸ਼ ਦੇ ਵਿੱਚ ਕਿੰਨਾ ਬੋਲਣਾ ਚਾਹੀਦਾ ਹੈ, ਕਿੱਥੇ ਬੋਲਣਾ ਚਾਹੀਦਾ ਹੈ, ਕੀ ਖਾਣਾ ਚਾਹੀਦਾ ਹੈ, ਕੀ ਪਹਿਨਣਾ ਚਾਹੀਦਾ, ਕਿਹੜਾ ਪੱਖ ਹੈ ਸਾਡੇ ਜੀਵਨ ਦਾ ਜਿਹਦਾ ਗਿਆਨ ਸਾਨੂੰ ਸਤਿਗੁਰੂ ਦੀ ਬਾਣੀ ਨਹੀਂ ਦਿੰਦੀ। ਰਾਈਟ, ਸੋ ਗੁਰੂ ਦੀ ਬਾਣੀ ਦੇ ਆਸ਼ੇ ਨੂੰ ਜਦੋਂ ਆਪਾਂ ਲੈ ਕੇ ਚੱਲਾਂਗੇ ਤੇ ਕਦੀ ਜ਼ਬਾਨ ਦੇ ਨਾਲ ਕਦੀ ਕਿਸੇ ਦਾ ਦਿਲ ਦੁਖੇਗਾ ਹੀ ਨਹੀਂ। ਰਾਈਟ, ਕਿਉਂਕਿ ਇਹਦੇ ਵਿੱਚ ਕੁੜੱਤਣ ਹੋਏਗੀ ਨਹੀਂ। ਇਹਨਾਂ ਅੱਖਾਂ ਦੇ ਦੁਆਰਾ ਜਦੋਂ ਗੁਰਬਾਣੀ ਦੇ ਪ੍ਰਕਾਸ਼ ਵਿੱਚ ਦੇਖਾਂਗੇ ਤੇ ਇਹ ਅੱਖਾਂ ਕਦੀ ਕਿਸੇ ਦਾ ਬੁਰਾ ਤੱਕ ਹੀ ਨਹੀਂ ਸਕਣਗੀਆਂ। ਰਾਈਟ, ਸੋ ਕਹਿਣ ਤੋਂ ਭਾਵ ਮੇਰਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਪ੍ਰਕਾਸ਼ ਵਿੱਚ ਆਪਾਂ ਇਸ ਗੱਲ ਦਾ ਨਿਰਣਾ ਕਰਨਾ ਹੈ ਕਿ ਕਿਹੜੇ ਸੁਕਰਮ ਨੇ ਤੇ ਕਿਹੜੇ ਕੁਕਰਮ ਨੇ। ਰਾਈਟ, ਸੋ ਕਿਹੜੇ ਸੁਕਰਮ ਤੇ ਕਿਹੜੇ ਕੁਕਰਮ ਦੀ ਤੁਸੀਂ ਗੱਲ ਕੀਤੀ ਤੇ ਕਰਮ ਦੇ ਕਾਂਡਾਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਕਰਮ ਕਾਂਡਾਂ ਰਾਹੀਂ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਹ ਗੁਰੂ ਨੇ ਸਾਨੂੰ ਸਿਖਾਇਆ ਸੀ। ਬਿਲਕੁਲ, ਪਰ ਅੱਜ ਇਸ ਤਰੀਕੇ ਨਾਲ ਇਹ ਕਰਮ ਕਾਂਡ ਸਾਡੇ ਤੇ ਭਾਰੂ ਹੋ ਚੁੱਕੇ ਨੇ ਤੇ ਅੱਜ ਵੀ ਚੱਲ ਰਹੇ ਨੇ, ਉਸ ਤੋਂ ਤਾਂ ਇਹੀ ਲੱਗਦਾ ਕਿ ਸਾਡੇ ਕੋਲ ਉਹ ਗਿਆਨ ਨਹੀਂ। ਗੁਰੂ ਦਾ ਗਿਆਨ ਨੂੰ ਅਸੀਂ ਮੱਥਾ ਤਾਂ ਟੇਕ ਰਹੇ ਹਾਂ ਪਰ ਉਸ ਗਿਆਨ ਨੂੰ ਅਸੀਂ ਸਮਝ ਨਹੀਂ ਰਹੇ, ਆਪਣੇ ਉੱਤੇ ਉਸ ਨੂੰ ਲਾਗੂ ਨਹੀਂ ਕਰ ਰਹੇ ਹਾਂ। ਇਹ ਬਹੁਤ ਵੱਡੀ ਇੱਕ ਸਮੱਸਿਆ ਬਣੀ ਪਈ ਹੈ ਅਤੇ ਇਸ ਸਮੱਸਿਆ 'ਚੋਂ ਬਾਹਰ ਨਿਕਲਣਾ ਅਜੇ ਸੰਭਵ ਨਹੀਂ ਲੱਗ ਰਿਹਾ, ਕਿਉਂਕਿ ਦਿਨ ਬ ਦਿਨ ਇਹ ਕਰਮ ਕਾਂਡ ਸਾਡੇ ਤੋਂ ਹੋਰ ਭਾਰੂ ਹੁੰਦੇ ਜਾ ਰਹੇ ਨੇ। ਇਹਦੇ ਰੱਬ ਦੀ ਹੀ ਬਖਸ਼ਿਸ਼ ਹੋਏ ਜਾਂ ਸਾਡੇ 'ਚੋਂ ਗਿਆਨ ਦੀ ਚੇਤਨਾ ਜਿਹੜੀ ਉਹ ਵਧੇ ਅਤੇ ਅਸੀਂ ਇਹਨਾਂ 'ਚੋਂ ਬਾਹਰ ਜੰਜ਼ੀਰਾ 'ਚੋਂ ਬਾਹਰ ਨਿਕਲ ਚੁੱਕੀਏ, ਕਿਉਂਕਿ ਇੱਕ ਐਸਾ ਇਨਵਾਇਰਮੈਂਟ ਬਣ ਚੁੱਕਿਆ ਹੈ ਜੇਕਰ ਤੁਸੀਂ ਨਹੀਂ ਕਰਦੇ ਤਾਂ ਅੱਜ ਤੁਹਾਨੂੰ ਧਰਮੀ ਜਿਹੜਾ ਹੈ ਉਹ ਵੀ ਕਹਿਣ ਤੋਂ ਲੋਕ ਗੁਰੇਜ਼ ਕਰਦੇ ਨੇ, ਪਰ ਜੇਕਰ ਇਹ ਕਰਮ ਕਾਂਡਾਂ ਰਾਹੀਂ ਤੁਸੀਂ ਅੱਗੇ ਆਉਂਦੇ ਹੋ ਤਾਂ ਤੁਹਾਡੀ ਜੈ ਜੈਕਾਰ ਵੀ ਹੁੰਦੀ ਹੈ ਅਤੇ ਤੁਹਾਨੂੰ ਧਰਮ ਵੀ ਖਵਾਇਆ ਜਾਂਦਾ, ਜਿਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਬਜਾਏ ਇਹ ਕਿ ਕੁਛ ਸਟੈਂਡ ਲੈਣ ਉਹ ਵੀ ਇਸ ਚੱਕਰ 'ਚ ਫਸ ਜਾਂਦੇ ਨੇ। ਗੁਰਦੁਆਰੇ 'ਚ ਤੁਸੀਂ ਯੂਨੋ ਸੇਵਾ ਨਿਭਾ ਰਹੇ ਹੈਗੇ ਹੋ, ਤੁਸੀਂ ਵੀ ਦੇਖ ਰਹੇ ਹੋ ਸਭ ਕੁਝ ਜੋ ਚੱਲ ਰਿਹਾ, ਓਵਰ ਦਾ ਏਅਰਸ ਤੁਹਾਨੂੰ ਕੀ ਨਜ਼ਰ ਆ ਰਿਹਾ, ਕੀ ਨਵੀਂ ਪਨੀਰ ਦੇ ਵਿੱਚ ਕੁਝ ਚਾਨਣ ਇਸ ਗਿਆਨ ਦਾ ਨਜ਼ਰ ਆ ਰਿਹਾ ਜਾਂ ਉਹੀ ਅੱਖਾਂ ਮੀਟ ਕੇ ਕਰਮ ਕਾਂਡ ਜਿਹੜੇ ਨੇ ਭਾਰੂ ਹੁੰਦੇ ਜਾ ਰਹੇ ਨੇ? ਨਹੀਂ ਹਰਭਜਨ ਸਿੰਘ ਜੀ, ਬਿਲਕੁਲ ਤੁਹਾਡਾ ਠੀਕ ਹੈ ਵੀ ਜਦੋਂ ਕਰਮ ਕਾਂਡਾਂ ਦੀ ਜਿਹੜੀ ਬਹੁਤਾਤ ਹੋ ਗਈ ਹੈ ਇਹਦਾ ਨੌਜਵਾਨ ਪੀੜ੍ਹੀ ਦੇ ਉੱਤੇ ਬਹੁਤ ਅਸਰ ਮਾੜਾ ਪੈ ਰਿਹਾ ਜੀ। ਉਹ ਧਰਮ ਤੋਂ ਦੂਰ ਹੋ ਰਹੇ ਆ, ਉਹ ਧਰਮ ਤੋਂ ਪਾਸਾ ਵੱਟ ਰਿਹਾ, ਕਿਉਂਕਿ ਜਦੋਂ ਕਰਮ ਕਾਂਡੀ ਜੀਵਨ ਜਦੋਂ ਆਪਾਂ ਦੇਖਦੇ ਹਾਂ, ਕਿਉਂਕਿ ਹਰ ਇੱਕ ਕਰਮ ਜਿਹੜਾ ਆਪਾਂ ਕਰਦੇ ਹਾਂ ਆਪਾਂ ਦੇਖਦੇ ਹਾਂ ਕਿ ਇਹਦਾ ਲਾਭ ਕੀ ਹੈ। ਰਾਈਟ, ਦੁਨਿਆਵੀ ਤੌਰ ਦੇ ਉੱਤੇ ਕੋਈ ਵੀ ਕਰਮ ਆਪਾਂ ਐਸਾ ਨਹੀਂ ਕਰਦੇ ਜਿਸ ਕਰਮ ਦੇ ਵਿੱਚੋਂ ਆਪਾਂ ਨੂੰ ਪਤਾ
ਕਦੀ ਆਪਾਂ ਸੋਚ ਕੇ ਇਹ ਕੰਮ ਨਹੀਂ ਕੀਤਾ ਕਿ ਇਹਦੇ ਵਿੱਚ ਮੈਂ ਇੰਨਾ ਘਾਟਾ ਖਾਣਾ। ਅਸੀਂ ਹਮੇਸ਼ਾ ਲਾਭ ਦੇਖ ਕੇ ਕੰਮ ਕਰਦੇ ਹਾਂ ਜੀ। ਅਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਧਰਮ ਦੇ ਖੇਤਰ ਦੇ ਵਿੱਚ ਜਦੋਂ ਆਪਾਂ ਆ ਕੇ ਕਰਮ ਕਰਦੇ ਹਾਂ ਤਾਂ ਜਦੋਂ ਕਰਮ ਕਾਂਡ ਉੱਥੇ ਪ੍ਰਵੇਸ਼ ਕਰ ਜਾਂਦੇ ਨੇ ਅਤੇ ਉਹ ਦੇਖ ਕੇ ਨੌਜਵਾਨ ਜਿਹੜੇ ਬੱਚੇ ਨੇ ਉਹ ਦੇਖਦੇ ਨੇ ਕਿਉਂ ਕਰਦੇ ਨੇ, ਇਹਦਾ ਅਰਥ ਕੀ ਹੈ, ਨਿੱਕੀ ਨਿੱਕੀ ਚੀਜ਼ ਜਿਹੜੀ ਚੌਰ ਸਾਹਿਬ ਕਿਉਂ ਕਰਦੇ ਹਾਂ, ਕੜਾ ਕਿਉਂ ਪਹਿਨਦੇ ਹਾਂ, ਕਿਰਪਾਨ ਕਿਉਂ ਪਹਿਨਦੇ ਹਾਂ, ਮੱਥਾ ਕਿਉਂ ਟੇਕਦੇ ਹਾਂ, ਬੈਠਦੇ ਕਿਉਂ ਹਾਂ, ਬੱਚਿਆਂ ਦੇ ਮਨ ਵਿੱਚ ਢੇਰ ਸਵਾਲ ਨੇ ਜੀ। ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਅਸੀਂ ਕੀ ਕਰਦੇ ਹਾਂ ਕਿ ਅਸੀਂ ਮੱਖੀ 'ਤੇ ਮੱਖੀ ਮਾਰਦੇ ਹਾਂ। ਔਰ ਇਹ ਬੜੀ ਬਦਕਿਸਮਤੀ ਰਹੀ ਹੈ ਸਿੱਖ ਕੌਮ ਦੀ, ਵਿਸ਼ੇਸ਼ ਤੌਰ ਦੇ ਉੱਤੇ ਮੈਂ ਕਹੂੰਗਾ, ਕਿਉਂਕਿ ਬੜਾ ਨਵਾਂ ਧਰਮ ਔਰ ਬੜਾ ਸਿੱਧਾ ਅਤੇ ਬੜਾ ਸਾਦਾ, ਜਿਹਦੇ ਵਿੱਚ ਕੋਈ ਵਾਲ ਵੰਗ ਫਰੇਬ ਧੋਖਾ ਠੱਗੀ ਬਿਲਕੁਲ ਨਹੀਂ ਸੀ, ਬਿਲਕੁਲ ਸਪਸ਼ਟ ਧਰਮ ਸੀ ਔਰ ਹੈ ਵੀ ਬਿਲਕੁਲ ਨਵਾਂ ਸੀ। ਰਾਈਟ, ਵਿਗਿਆਨ ਦੀਆਂ ਕਸੌਟੀਆਂ ਦੇ ਉੱਤੇ ਖਰਾ ਉਤਰਦਾ ਸੀ, ਵਿਗਿਆਨੀ ਵੀ ਸਿਰ ਝੁਕਾਉਂਦੇ ਨੇ, ਕਿਉਂ, ਕਿਉਂਕਿ ਇਹਦੇ ਵਿੱਚ ਪੂਰਨ ਸੱਚ ਦੀ ਗੱਲ ਕਹੀ ਗਈ। ਹੁਣ ਉਸ ਧਰਮ ਦਾ ਜਿਹੜਾ ਪ੍ਰਕਾਸ਼ ਸੀ ਉਹ ਆਪਾਂ ਸੰਸਾਰ ਦੇ ਵਿੱਚ ਕਰਨਾ ਸੀ, ਇਹਦੇ ਵਿੱਚ ਜਿਹੜੀ ਆਪਾਂ ਘਾਟ ਦੇਖਦੇ ਹਾਂ, ਇੱਕ ਤਾਂ ਰਹੀ ਹੈ ਸਾਡੀ ਧਾਰਮਿਕ ਆਗੂਆਂ ਦੀ ਘਾਟ, ਅੱਜ ਤੱਕ ਵੀ ਘਾਟ ਜਿਹੜੀ ਉਹ ਚੱਲੀ ਆ ਰਹੀ ਹੈ ਕਿ ਜਿਹੜੇ ਧਾਰਮਿਕ ਆਗੂ ਸਾਨੂੰ, ਜਿਹਨੇ ਸਾਨੂੰ ਯੋਗ ਅਗਵਾਈ ਦੇਣੀ ਹੈ, ਜਿਹਨੇ ਸਾਨੂੰ ਸੋਝੀ ਦੇਣੀ ਹੈ, ਜਿਹਨੇ ਸਾਨੂੰ ਧਰਮ ਦੇ ਪਰਫੇਕ ਦੇ ਵਿੱਚ ਚੱਲਣ ਦਾ ਬਲ ਸਿਖਾਉਣਾ ਹੈ, ਉਹਦੀ ਘਾਟ ਜਿਹੜੀ ਹੈ ਸਿੱਖ ਕੌਮ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਰਹੀ ਹੈ। ਇਸ ਕਰਕੇ ਉਹ ਘਾਟ ਜਿਹੜੀ ਹੈ ਉਹ ਗੁਰੂ ਘਰਾਂ ਦੇ ਵਿੱਚ ਉਹ ਲੰਬੇ ਸਮੇਂ ਤੋਂ ਚੱਲਦੀ ਆਈ, ਕਿਉਂਕਿ ਗੁਰਮਤ ਦੇ ਗਿਆਨ ਤੋਂ ਸੱਖਣਾ ਵਿਅਕਤੀ ਜਿਹੜਾ ਹੈ ਉਹ ਦੂਜੇ ਨੂੰ ਗੁਰਮਤ ਕੀ ਸਿਖਾਏਗਾ। ਰਾਈਟ, ਸੋ ਬੜੀ ਜ਼ਰੂਰਤ ਸੀ ਕਿ ਇਹ ਜਿਹੜੇ ਕਰਮ ਕਾਂਡ ਤੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀ ਉਹਨਾਂ ਦੇ ਵਿੱਚੋਂ ਅਸੀਂ ਬਾਹਰ ਨਿਕਲ ਕੇ ਸੱਚ ਦੇ ਪ੍ਰਕਾਸ਼ ਵਿੱਚ ਆਪ ਜਿਉਂਦੇ, ਅਤੇ ਜਦੋਂ ਸਾਡੇ ਜੀਵਨ ਦੀ ਸ਼ੈਲੀ ਨੂੰ ਇੱਕ ਨੌਜਵਾਨ ਬੱਚਾ ਦੇਖਦਾ ਜਾਂ ਦੂਜਾ ਵਿਅਕਤੀ ਦੇਖਦਾ ਅਤੇ ਉਹ ਇਹ ਗੱਲ ਕਹਿੰਦਾ ਕਿ ਹਾਂ ਵੀ ਤੇਰਾ ਜੀਵਨ ਦੇ ਵਿੱਚ ਖੜਾਓ ਹੈ, ਤੇਰੇ ਜੀਵਨ ਵਿੱਚ ਸ਼ਾਂਤੀ ਬੜੀ ਹੈ, ਤੂੰ ਸਬਰ ਵਾਲਾ ਬੜਾ ਹੈ, ਤੂੰ ਸੰਦੂਖ ਵਾਲਾ ਬੜਾ ਹੈ, ਅਤੇ ਚੰਗੀਆਂ ਜਿਹੜੀਆਂ ਤੇਰੇ ਕੋਲ ਇਹ ਗੁਣਾਂ ਦੀਆਂ ਰਹਿਮਤਾਂ ਨੇ ਤੂੰ ਕਿੱਥੋਂ ਪ੍ਰਾਪਤ ਕੀਤੀਆਂ, ਐਬਸੋਲੂਟਲੀ, ਅਗਲਾ ਵਿਅਕਤੀ ਸਵਾਲ ਕਰਕੇ ਪੁੱਛਦਾ ਤੇ ਤਾਂ ਆਨੰਦ ਆਉਣਾ ਸੀ। ਰਾਈਟ, ਤਾਂ ਉਹ ਜਦੋਂ ਘਾਟਾਂ ਸਾਡੇ ਅੰਦਰ ਦੇ ਵਿੱਚ ਲੜਾਈ ਝਗੜੇ ਕਲ ਕਲੇਸ਼ ਦੀਆਂ ਰਹੀਆਂ ਅਤੇ ਉਹਦੇ ਨਾਲ ਕੀ ਹੈ, ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਇਸ ਗੱਲ ਤੋਂ ਪਾਸਾ ਵੱਟ ਰਹੀ ਹੈ, ਦੂਰ ਹੋ ਰਹੀ ਹੈ, ਜੋ ਸਾਡੇ ਲਈ ਇੱਕ ਬਹੁਤ ਹੀ ਹਾਨੀਕਾਰਕ ਇਹ ਸਾਬਤ ਹੋ ਰਹੀ ਹੈ, ਕਿਉਂਕਿ ਮਿਸਾਲ ਦੇ ਤੌਰ 'ਤੇ ਮੇਰੇ ਵਰਗਾ ਬੰਦਾ ਸ਼ਾਇਦ ਗੁਰਦੁਆਰੇ ਕਦੀ ਨਾ ਜਾਂਦਾ ਹੋਵੇ, ਪਰ ਦਿਵਾਲੀ ਵਾਲੇ ਦਿਨ ਜਾਂ ਵਿਸਾਖੀ ਵਾਲੇ ਦਿਨ ਮੈਂ ਮੱਥਾ ਜ਼ਰੂਰ ਟੇਕਣ ਜਾਣਾ ਹੈਗਾ ਹੈ, ਅਤੇ ਗੁਰਦੁਆਰਿਆਂ ਵਿੱਚ ਜਿਸ ਤਰ੍ਹਾਂ ਰੌਣਕ ਹੁੰਦੀ ਹੈ ਬਹੁਤ ਵਧੀਆ ਗੱਲ ਹੈ, ਵੱਧ ਤੋਂ ਵੱਧ ਲੋਕ ਆਉਣੇ ਚਾਹੀਦੇ ਨੇ, ਲੇਕਿਨ ਇਹ ਸੋਚ ਵਿੱਚ ਪਰਿਵਰਤਨ ਲਿਆ ਕੇ ਜੇਕਰ ਅਸੀਂ ਕੰਮ ਕਰਾਂਗੇ ਤਾਂ ਉਹ ਅਸੀਂ ਅਸਲ ਵਿੱਚ ਉਹ ਸਮਝ ਸਕਾਂਗੇ ਕਿ ਕਰਮ ਕੀ ਹੈ ਅਤੇ ਕੁਕਰਮ ਕੀ ਹੈ, ਸਹੀ ਕਰਮ ਕੀ ਨੇ, ਨਹੀਂ ਤਾਂ ਇਸੀ ਹੀ ਜਿਸ ਸਮੱਸਿਆ ਵਿੱਚ ਅਸੀਂ ਫਸਦੇ ਜਾ ਰਹੇ ਹਾਂ ਸ਼ਾਇਦ ਹੋਰ ਅਸੀਂ ਫਸਦੇ ਜਾਵਾਂਗੇ। ਆਸ ਕਰਦੇ ਹਾਂ ਕਿ ਇਹ ਜਿਹੜੇ ਅਸੀਂ ਟੌਪਿਕਸ ਨੂੰ ਲਿਆਉਂਦੇ ਹਾਂ ਇਹਨਾਂ ਨੂੰ ਸਿਰਫ ਇੱਕ, ਕਿਉਂਕਿ 22 ਮਿੰਟਾਂ 'ਚ ਬਹੁਤ ਹੀ ਗੱਲਬਾਤ ਹੋ ਨਹੀਂ ਸਕਦੀ, ਲੇਕਿਨ ਸਿਰਫ ਟੱਚ ਕਰ ਸਕਦੇ ਉਹਨਾਂ ਇਸ਼ੂਜ਼ ਨੂੰ, ਕਿਉਂਕਿ ਲੋਕ ਬਹੁਤ ਸਿਆਣੇ ਨੇ, ਆਪ ਇਹ ਮਿਹਨਤ ਕਰਨ, ਗੁਰਬਾਣੀ ਨੂੰ ਪੜ੍ਹਨ, ਸਮਝਣ ਅਤੇ ਉਸ ਤੋਂ ਬਾਅਦ ਆਪ ਫੈਸਲਾ ਕਰਨ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਰਾਹੀਂ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ, letstalkjoytv@gmail.com। ਕੋਈ ਵੀ ਸਵਾਲ ਹੋਏ ਸਾਡੇ ਨਾਲ ਜ਼ਰੂਰ ਸੰਪਰਕ ਕਰਿਆ ਕਰੋ, ਕਿਉਂਕਿ ਜਦੋਂ ਵਿਦਵਾਨ ਆਉਂਦੇ ਨੇ ਤਾਂ ਸਾਡਾ ਇਹੀ ਮਕਸਦ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਵਿੱਚ ਉਸਨੂੰ ਲਿਆ ਕੇ ਤੁਹਾਡੇ ਉਹ ਜਵਾਬਾਂ ਦਾ ਸਵਾਲ ਜਿਹੜੇ ਨੇ ਉਹਨਾਂ ਦੇ ਜਵਾਬ ਜ਼ਰੂਰ ਲੈ ਕੇ ਵਾਪਸ ਆ ਸਕੀਏ। ਸੋ ਲੈਂਦੇ ਜੀ ਇੱਥੇ ਹੀ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।